ਕੋਰੋਨਾ ਵਾਇਰਸ ਇੱਕ ਅਜਿਹਾ ਨਾਮ ਜਿਸ ਦੇ ਨਾਮ ਤੋਂ ਹੀ ਹਰ ਕੋਈ ਖੌਫਜ਼ਦਾ ਹੈ। ਇਸ ਤੋਂ ਬਚਣ ਦੇ ਉਪਾਅ ਵੀ ਹਰ ਕੋਈ ਅਪਣਾ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਵਿਖਿਆਤ ਸ਼ਕਤੀ ਪੀਠ ਸ਼੍ਰੀ ਨੈਣਾ ਦੇਵੀ ਮੰਦਿਰ ਚ ਪੁਜਾਰੀਆਂ ਵੱਲੋਂ ਹਵਨ ਕੀਤਾ ਗਿਆ ਅਤੇ ਮਾਤਾ ਰਾਣੀ ਨੂੰ ਪ੍ਰਾਰਥਨਾ ਕੀਤੀ ਗਈ ਕਿ ਕੋਰੋਨਾ ਦੇ ਪ੍ਰਭਾਵ ਤੋਂ ਜਲਦੀ ਖਤਮ ਹੋਵੇ। ये कोरोना वायरस के लिए श्री नैना देवी जी के मेन पुजारी जी यज्ञ कर रहे हैं, ताकि सभी भक्तों के लिए प्रार्थना कर रहे हैं माता जी के कि सभी भक्त स्वस्थ और ठीक हो और इस कोरोना वायरस का ज़्यादा असर ना पड़े। इसलिए हमारे नैना देवी के पुजारी वर्ग यहाँ पे माता जी का हवन कर रहे हैं कि सभी लोग सुख शांति से सब ठीक ठाक रहे। ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਸ਼ਾਸਨ ਵੱਲੋਂ ਸ਼ਕਤੀਪੀਠ ਨੈਣਾ ਦੇਵੀ ਮੰਦਿਰ ਦੇ ਨਾਲ ਨਾਲ ਬਾਕੀ ਧਾਰਮਿਕ ਥਾਵਾਂ ਨੂੰ ਵੀ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ। ਸਵੇਰਾ ਟਾਈਮਸ ਲਈ ਨੈਣਾ ਦੇਵੀ ਤੋਂ ਵਿਮਲ ਸੈਣੀ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।